ਬੱਚਾ ਕੋਈ ਨਾ ਬੋਲਿਆ। ਮਾਸਟਰ ਫਿਰ ਕਹਿੰਦਾ, ਬੱਚਿਓ ਤੁਹਾਨੂੰ ਮੈਂ ਕਹਿ ਰਿਹਾ, ਮੈਨੂੰ ਦੂਣੀ ਦਾ ਭਾਰਾ ਸੁਣਾਓ। ਬੱਚੇ ਬਿਲਕੁਲ ਹੀ ਨਾ ਬੋਲੇ। ਮਾਸਟਰ ਹੁਣ ਖਿੱਚ ਗਿਆ ਪੂਰਾ। ਮਾਸਟਰ ਕਹਿੰਦਾ, ਬੱਚਿਓ ਤੁਹਾਨੂੰ ਕਿਸੇ ਨੂੰ ਕੁਛ ਆਉਂਦਾ ਵੀ ਹੈ? ਇਹ ਫਟਾਫਟ ਬੋਲ ਪਿਆ। ਕਹਿੰਦਾ ਜੀ ਮੈਨੂੰ ਆਉਂਦਾ। ਮਾਸਟਰ ਕਹਿੰਦਾ, ਦੱਸ ਤੈਨੂੰ ਕੀ ਆਉਂਦਾ? ਕਹਿੰਦਾ ਜੀ ਪਿਸ਼ਾਬ ਆਉਂਦਾ। ਤੂੰ ਬੰਦਾ, ਕਹਿੰਦਾ ਉੱਠ ਕੇ ਖੜਾ ਹੋ ਜਾ, ਇਹਨਾਂ ਨਾਲ ਦੇ ਮੁੰਡੇ ਨੂੰ ਕੂਣੀ ਮਾਰਤੀ। ਕਹਿੰਦਾ ਮਾਸਟਰ ਜੀ ਤੈਨੂੰ ਕਹਿੰਦੇ ਉੱਠ ਕੇ ਖੜਾ ਹੋ ਜਾ। ਉਹ ਮੁੰਡਾ ਉੱਠ ਕੇ ਖੜਾ ਹੋ ਗਿਆ। ਮਾਸਟਰ ਕਹਿੰਦਾ, ਉਹ ਕਾਕਾ ਤੂੰ ਥੱਲੇ ਬਹਿ ਜਾ, ਤੈਨੂੰ ਨਹੀਂ ਕਿਹਾ, ਤੇਰੇ ਨਾਲ ਦੇ ਨੂੰ ਕਿਹਾ, ਇਹਨੇ ਇੱਧਰਲੇ ਨੂੰ ਛੇੜ ਦਿੱਤਾ। ਉਹ ਮੁੰਡਾ ਉੱਠ ਕੇ ਖੜਾ ਹੋ ਗਿਆ। ਮਾਸਟਰ ਨੇ ਸੋਚਿਆ ਵੀ ਇਹ ਬੰਦਾ ਬੜਾ ਚੁਸਤ ਹੈ। ਕਹਿੰਦਾ ਕਾਕਾ ਕੋ ਗੇਸ਼ਾ, ਤੈਨੂੰ ਕਿਹਾ ਨਾ ਦੋ ਚੋਂ ਕਿਸੇ ਨੇ ਕਿਹਾ? ਇਹ ਕਹਿੰਦਾ ਮਾਸਟਰ ਜੀ ਮੈਂ ਤਾਂ ਨਹੀਂ ਉੱਠ ਕੇ ਖੜਾ ਹੋ ਸਕਦਾ। ਮਾਸਟਰ ਕਹਿੰਦਾ ਵੀ ਤੂੰ ਕਾਹਤੋਂ ਨਹੀਂ ਖੜਾ ਹੋ ਸਕਦਾ? ਕਹਿੰਦਾ ਮਾਸਟਰ ਜੀ ਜਦੋਂ ਮੈਂ ਉੱਠ ਕੇ ਖੜਾ ਹੁੰਦਾ ਨਾ ਤੇ ਨੀਕਰ ਮੇਰੀ ਥੱਲੇ ਨੂੰ ਢਿਲਕ ਜਾਂਦੀ ਹੈ। ਉਹ ਕਹਿੰਦਾ ਐਂ ਕਰੋ, ਫਟਾਫਟ ਆਪਣੇ ਬਾਪੂ ਨੂੰ ਸੱਦ ਕੇ ਲਿਆ। ਇਹ ਕਹਿੰਦਾ ਜੀ ਮੇਰਾ ਬਾਪੂ ਤਾਂ ਅੱਜ ਬਿਲਕੁਲ ਹੀ ਨਹੀਂ ਆ ਸਕਦਾ। ਮਾਸਟਰ ਕਹਿੰਦਾ ਵੀ ਤੇਰਾ ਬਾਪੂ ਕਾਹਤੋਂ ਨਹੀਂ ਆ ਸਕਦਾ? ਕਹਿੰਦਾ ਜੀ ਉਹਦੀ ਨੀਕਰ ਤਾਂ ਮੈਂ ਪਾ ਕੇ ਆਉਂ, ਤਾਂ ਅੱਜ ਕਰ ਵਿਹਲਾ ਹੀ ਬੈਠਾ ਹੈ। ਕਿਸੇ ਦੀਆਂ ਗੱਲਾਂ ਦੱਸਦਾ ਹੁੰਦਾ, ਆਪਦੀ ਜਵਾਂ ਨਹੀਂ ਦੱਸਦਾ। ਇੱਕ ਦਿਨ ਇਹ ਪ੍ਰੋਗਰਾਮ ਤੋਂ ਥੋੜ੍ਹਾ ਜਿਹਾ ਲੇਟ ਹੋ ਗਿਆ, ਇਹਦੇ ਘਰੇ ਜਾਣਾ ਪਿਆ। ਆਵਾਜ਼ ਜਾ ਕੇ ਮਾਰੀ ਬਈ ਸਰਦਾਰ ਜਗਰੂਪ ਸਿੰਘ ਜੀ, ਤੇ ਅੰਦਰੋਂ ਇਹਦੀ ਵਹੁਟੀ ਤੇ ਇਹਦਾ ਕਾਕਾ ਬਾਹਰ ਨਿਕਲਿਆ। ਮੈਂ ਉਹਦੇ ਲਈ ਦੇਖ ਕੇ ਕਿਹਾ, ਮੈਂ ਕਿਹਾ ਬੀਬੀ ਗੱਲ ਇਹ ਆ, ਮੈਨੂੰ ਤੁਹਾਡੇ ਘਰੇ ਆਉਂਦੇ ਉਹਨੂੰ ਪੂਰੇ 9 ਸਾਲ ਹੋ ਚੱਲੇ। ਆ ਇੱਕੋ ਹੀ ਕਾਕਾ, ਗਾਹ ਕੋਈ ਤਰੱਕੀ ਕੀਤੀ ਨਹੀਂ ਲੱਗਦੀ, ਨਾ ਮੁੰਡਾ ਨਾ ਕੁੜੀ ਕੋਈ ਹੋਇਆ ਨਹੀਂ। ਮੈਨੂੰ ਕਹਿੰਦੀ ਵੀ ਵੀਰਾ ਕੀ ਪੁੱਛਦਾ ਤੂੰ, ਜੇ ਮੈਂ ਇਸ ਭੜੂਏ ਦੇ ਯਕੀਨ ਤੇ ਭਰੋਸੇ ਤੇ ਰਹਿੰਦੀ ਤਾਂ ਇਹ ਵੀ ਨਹੀਂ ਸੀ ਹੋਣਾ। ਸਾਡੇ ਰਿਕਾਰਡ ਦੇ ਵਿੱਚੋਂ ਫਰਮਾਇਸ਼ ਤੇ ਪੇਸ਼ ਕਰਨ ਲੱਗੇ, ਜਰਾ ਗੌਰ ਨਾਲ ਸੁਣਨਾ। ਉਹ ਕਹਾਣੀ ਐਵੇਂ ਹੈ ਬਾਈ ਜੀ, ਜਰਾ ਤਵੱਜੋ ਨਾਲ। ਸਾਡੇ ਮਿਹਰਬਾਨ ਮਿੱਤਰ ਪਿੱਛੇ ਬੈਠੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਥੋੜਾ ਜਿਹਾ ਚੁੱਪ ਦਾ ਦੰਡ ਬਖਸ਼ੇ, ਥੋੜਾ ਜਿਹਾ ਚੁੱਪ ਬੇਨਤੀ ਚੁੱਪ। ਲਓ ਗੱਲ ਇਹ ਹੈ, ਇੱਕ 70-80 ਸਾਲ ਦਾ ਬੁੜਾ ਪੁਰਾਣਾ ਕਿਤੇ ਵਿਚਾਰਾ, ਉਹ ਵੀ ਗੁਰਦੁਆਰੇ 'ਚ ਬੈਠਾ, ਪਹਿਲਾਂ ਭਜਨੀਕ ਹੋ ਗਿਆ, ਪਿੱਛੋਂ ਜਦੋਂ ਵੇਖਿਆ ਨਾ ਭਰਾਵਾਂ ਦੇ ਨਿਆਣੇ ਦੇ ਜਵਾਨ ਹੋ ਤੁਰੇ ਯਾਰ, ਤੇ ਪੈਲੀ ਦਾ ਮਾਲਕ ਕਿਹਨੇ ਬਣਨਾ? ਉਦੋਂ ਸੋਚ ਕੇ ਵੀ ਚਲੋ ਵਿਆਹ ਕਰਾ ਲਈਏ। ਉਹਨੂੰ ਪੈਸਿਆਂ ਨਾਲ ਰਿਸ਼ਤਾ ਮਿਲ ਗਿਆ। ਜਦੋਂ ਟੁੱਕਣ ਵਾਸਤੇ ਗਿਆ ਤੇ ਪਿੰਡ ਦੀਆਂ ਕੁੜੀਆਂ ਨੇ ਕੁੜੀ ਨੂੰ ਕਿਹਾ ਵੀ ਜਿਹੜਾ ਕਾਕਾ ਵਿਆਹਦੜਾ ਉਹ ਤਾਂ 80 ਸਾਲ ਦਾ, ਤੇਰੀ ਉਮਰ ਸਾਰੀ 17 ਸਾਲ ਦੀ ਹੈ, ਜੋੜ ਕਿਵੇਂ ਜੁੜਿਆ? ਕਰਦਿਆਂ ਨੇ ਤਾਂ ਮੱਲੋ ਜੁਲੀ ਤੇਰਾ ਚੱਕਦਾ ਫੱਟਾ। ਹੁਣ ਸੁਣੋ ਮੇਰਾ, ਉਹ ਕੀ ਕਹਿੰਦਾ? ਅੱਗੋਂ ਕੀ ਜਵਾਬ ਦਿੰਦੀ ਹੈ? ਉਹ ਡੋਲੀ 'ਚ ਨਹੀਂ ਬਹਿੰਦੀ ਕੁੜੀਆਂ ਦੇ ਆਖੇ ਲੱਗ ਕੇ, ਤੇ ਉੱਧਰੋਂ ਅਮਲੀ ਆ ਜਿਹੜਾ ਉਹਦੀ ਫੀਮ ਖਾਧੀ ਆ ਬੁੜਾ, ਉਹ ਡੋਲਿਆਂ ਨੂੰ ਤੇਲ ਮਿਲੀ ਜਾਂਦਾ ਵੀ ਬਸ ਲਿਆ ਦਿਆਂਗੇ ਨੇਰੀਆਂ। ਉਹ ਕੀ ਜਵਾਬ ਦੇ ਰਿਹਾ? ਅੱਗੋਂ ਉਹ ਕੀ ਜਵਾਬ ਦਿੰਦੀ? ਪਰ ਬੁੜਾ ਜਿਹੜਾ ਉਹ ਪੁਰਾਣਾ ਪਾਪੀ ਆ, ਕੰਡ ਜਮਾਂ ਨਹੀਂ ਲੱਗਣ ਦਿੰਦਾ ਆਪਦੀ। ਆ ਸੁਣੋ ਜਿਹੜਾ ਵੱਧ ਚੜ੍ਹ ਕੇ ਜਵਾਬ ਦਊਗਾ ਤੇ ਕਹਿੰਦਾ ਕੀ ਆ, ਬਈ ਮੀਟ ਵਾਲਿਆ ਥੋੜਾ ਜਿਹਾ ਇੱਕ ਸਾਈਡ ਤੇ ਹੋ ਜਾ ਕਰ। ਹਾਂ ਮੇਰਾ ਪੁੱਤ ਇੱਕ ਪਾਸੇ ਹੋ ਜਾ। ਸੁਣ ਬੁੜਿਆ ਸੁਣ ਸੁਣ ਵੀ, ਮੈਂ ਤਾਂ ਬੁੜਾ ਪਰ ਸਾਰਾ ਹਿੱਲਿਆ ਪਿਆ। ਸੁਣ ਸੁਣ ਵੀ ਵਿੱਚ 70 ਸਾਲ ਦਾ, ਸੁਣ ਬੁੜਿਆ ਸੁਣ ਸੁਣ ਵੀ
ਸੁਣ ਕੁੜੀਏ ਸੁਣ ਸੁਣਨੀ, ਮੈਂ ਕਿਹਾ ਸੁਣ ਚੱਲੀਏ ਸੁਣ ਸੁਣਨੀ, ਉਹ ਸੁਣ ਨਖਰੋ ਸੁਣ ਸੁਣਨੀ, ਤੂੰ ਚੱਲ ਮੁੱਕ ਲਾਵੇ ਵੇਖੀ ਬੁੜੇ ਦੇ ਗੁਣਨੀ, ਕਿਹੜਾ ਤੋਰ ਮੁੱਕ ਲਾਵੇ ਵੇਖੀ ਬੁੜੇ ਦੇ ਗੁਣਨੀ, ਨੀ ਕਿਹੜਾ ਚੱਲ ਮੁੱਕ ਲਾਵੇ ਸੁਣ ਬੁੜੇ ਆ ਸੁਣ ਸੁਣ ਵੇ ਵੇ ਤਾਂ 70 ਸਾਲ ਦਾ, ਸੁਣ ਬੁੜੇ ਆ ਸੁਣ ਸੁਣ ਵੇ ਵੇ ਤਾਂ 70 ਸਾਲ ਦਾ, ਮੇਰੇ ਤੇ ਜਵਾਨੀ ਆਈ ਹੁਣ ਵੇ ਵੇ ਤਾਂ 70 ਸਾਲ ਦਾ, ਉਹ ਸੁਣ ਕੁੜੀਏ ਸੁਣ ਸੁਣਨੀ, ਮੈਂ ਕਿਹਾ ਸੁਣ ਚੱਲੀਏ ਸੁਣ ਸੁਣਨੀ, ਜਿਹੜਾ ਚੱਲ ਮੁੱਕ ਲਾਵੇ ਠੱਕੀ ਬੁੜੇ ਦੇ ਗੁਣਨੀ, ਕਿਹੜਾ ਚੱਲ ਮੁੱਕ ਲਾਵੇ ਗਾਏਗੀ ਬੁੜੇ ਦੇ ਗੁਣਨੀ, ਕਿਹੜਾ ਹਿੱਲ ਮੁੱਕ ਲਾਵੇ ਲੱਗੀ ਅੱਤ ਬਾਪੂ ਮੇਰਾ ਧਰਤੀ ਦੇ ਨਾਲ ਵੇ ਐਤਕੀ ਦਾ ਮਸਾਂ ਬਸ ਕੱਟੀਆਂ ਸਿਆਲ ਵੇ ਕੱਢ ਲੈਂਦਾ ਕੰਡਾ ਤੇ ਖਾ ਕੇ ਕਰੜਾ ਜਿਹਾ ਹੋ ਜਾਂਦਾ, ਸੁਣੋ ਕਹਿੰਦਾ ਕੀ ਹੈ ਕਹਿੰਦਾ ਉਹ ਬੁੜਾ ਨਾ ਤੂੰ ਜਾਣੀ, ਬੁੜਾ ਨਾ ਤੂੰ ਜਾਣੀ, ਨੀ ਬੁੜਾ ਨਾ ਤੂੰ ਜਾਣੀ ਪਾਰੇ ਵੇਖੀ ਮੇਰੀ ਠਾਠ ਨੀ, ਬੁੱਢਾ ਨਾ ਤੂੰ ਜਾਣੀ ਪਾਰੇ ਵੇਖੀ ਮੇਰੀ ਠਾਠ ਨੀ, ਅੱਧਾ ਤੋਲਾ ਖਾ ਲਈ ਉਦੋਂ ਪੱਟ ਤੂੰ ਚਗਾਠ ਨੀ, ਬੁੜਾ ਨਾ ਤੂੰ ਜਾਣੀ ਪਾਰੇ ਵੇਖੀ ਮੇਰੀ ਠਾਠ ਨੀ, ਅੱਧਾ ਤੋਲਾ ਖਾ ਲਈ ਉਦੋਂ ਪੱਟ ਤੂੰ ਚਗਾਠ ਨੀ, ਉਹ ਫਿਰ ਪਾਣੀ ਵੀ ਪੀਵੇਂਗੀ ਪੁਣ ਪੁਣ ਨੀ, ਕਿਹੜਾ ਚੱਲ ਮੁੱਕ ਲਾਵੇ ਵੇਖੀ ਬੁੜੇ ਦੇ ਗੁਣਨੀ, ਕਿਹੜਾ ਤੁਰ ਮੁੱਕ ਲਾਵੇ ਗਾਏਗੀ ਬੁੜੇ ਦੇ ਗੁਣਨੀ, ਕਿਹੜਾ ਉੱਠ ਮੁੱਕ ਲਾਵੇ ਭਗਤੜੀ ਪਿੰਡ ਵਾਲਾ ਹਕਮ ਸ਼ਕੀਨੀ, ਭਗਤੜੀ ਪਿੰਡ ਵਾਲਾ ਹਕਮ ਸ਼ਕੀਨੀ, ਕਰ ਦੂਗਾ ਸ਼ੌਂਕ ਪੂਰੇ ਰੱਖ ਤੂੰ ਯਕੀਨ ਨੀ, ਭਗਤੜੀ ਪਿੰਡ ਵਾਲਾ ਹਕਮ ਸ਼ਕੀਨੀ, ਕਰ ਦੂਗਾ ਸ਼ੌਂਕ ਪੂਰੇ ਰੱਖ ਤੂੰ ਯਕੀਨ ਨੀ, ਉਹ ਵੇਖੀ ਤੂੰ ਬੜੀ ਵੱਜੂਗੀ ਤੁਣ ਤੁਣ ਨੀ, ਕਿਹੜਾ ਚੱਲ ਮੁੱਕ ਲਾਵੇ ਵੇਖੀ ਬੁੜੇ ਦੇ ਗੁਣ ਨੀ, ਕਿਹੜਾ ਚੱਲ ਮੁੱਕ ਲਾਵੇ ਹਾਣ ਦੀ ਰਕਾਨ ਕੋਈ ਚੋਣ ਵੇ, ਕਿਹੜਾ ਚੱਲ ਮੁੱਕ ਲਾਵੇ ਮੇਰੇ ਤੇ ਜਵਾਨੀ ਆਈ ਹੁਣ ਵੇ, ਉਹ ਕਿਹੜਾ ਚੱਲ ਮੁੱਕ ਲਾਵੇ ਲੱਗ ਗਿਆ ਕੌਣ ਵੇ, ਕਿਹੜਾ ਚੱਲ ਮੁੱਕ ਲਾਵੇ।